ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਲਕਾ ਸਾਹਨੇਵਾਲ ਪੈਂਦੇ ਪਿੰਡ ਦੇ ਵਿੱਚ ਪਿੰਡ ਜੀਵਨਪੁਰ ਅਸੀਂ ਬਹੁਤ ਹੀ ਗਰੀਬ ਪਰਿਵਾਰ ਹਾਂ ਅਤੇ ਇੱਥੇ ਸਾਡੇ ਪਿੰਡ ਦੇ ਕੋਈ ਸਰਕਾਰ ਵੱਲੋਂ ਕੋਈ ਰਾਸ਼ਨ ਨਹੀਂ ਆਇਆ ਕੋਈ ਪੰਚਾਇਤ ਵੱਲੋਂ ਸਾਨੂੰ ਰਾਸ਼ਨ ਨਹੀਂ ਆਇਆ ਹੈਗਾ। ਸਾਨੂੰ ਪੰਚਾਇਤ ਸਾਡੇ ਵੱਲੋਂ ਪੰਚਾਇਤ ਨੂੰ ਬੇਨਤੀ ਆ ਕਿ ਸਾਡੇ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਰਾਸ਼ਨ ਮਿਲਣਾ ਚਾਹੀਦਾ ਆ ਅਤੇ 7-8 ਦਿਨ ਹੋ ਗਏ ਸਾਡੇ ਪਿੰਡ ਰਾਸ਼ਨ ਨਹੀਂ ਮਿਲਿਆ ਸਾਨੂੰ ਕੋਈ ਵੀ। ਸਾਡੇ ਪਿੰਡ ਦਾ ਸਰਪੰਚ ਨਿਰਮਲ ਸਿੰਘ ਆ ਜੀ। ਅਸੀਂ ਉਹਨਾਂ ਕੋਲ ਗਏ ਸਾ ਸੀਗੇ ਜੀ। ਕੀ ਕਹਿੰਦੇ ਉਹ ਕਹਿੰਦੇ ਕਰਾਂਗੇ ਹੱਲ। ਤੁਸੀਂ ਗਏ ਕਦੋਂ ਸੀਗੇ? ਹੋ ਗਏ 4-5 ਦਿਨ ਜੀ। ਕੋਈ ਮਤਲਬ ਪਿੰਡ 'ਚ ਉਹਨੇ ਗੇੜਾ ਕੱਢਿਆ ਹੋਇਆ ਸਰਪੰਚ ਸਾਹਿਬ ਨੇ? ਨਹੀਂ ਜੀ ਕੋਈ ਨਹੀਂ ਗੇੜਾ ਕੱਢਿਆ ਹੈਗਾ। ਅਤੇ ਹੁਣ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ? ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹੋ ਜਿਹੜੇ ਗਰੀਬ ਪਰਿਵਾਰ ਆ ਸਾਨੂੰ ਮਤਲਬ ਕਿ ਰਾਸ਼ਨ ਮਿਲਣਾ ਚਾਹੀਦਾ, ਸਰਕਾਰ ਵੱਲੋਂ ਜੋ ਹਦਾਇਤ ਆ ਉਹ ਮਿਲਣੀ ਚਾਹੀਦੀ ਆ। ਠੀਕ ਆ ਜੀ। ਤੁਹਾਨੂੰ ਪਿੰਡ 'ਚ ਕੀ ਕੀ ਸਮੱਸਿਆ ਆ ਰਹੀ ਆ? ਸਮੱਸਿਆ ਸਾਡੀਆਂ ਬਹੁਤ ਜ਼ਿਆਦਾ ਜੀ ਅਤੇ ਹੁਣ ਮਤਲਬ ਕਿ ਦਿਹਾੜੀ ਦੱਪਾ ਕਰਦੇ ਹਾਂ, ਗਰੀਬ ਪਰਿਵਾਰ ਆ ਉਹੀ ਕਰਨੀ ਉਹੀ ਖਾਣੀ ਅਸੀਂ ਤਾਂ। ਕੋਈ ਐਸਾ ਪਿੰਡ ਜਿਵੇਂ ਪਰਿਵਾਰ ਬੈਠਾ ਹੋਵੇ ਜਿਹਦੇ ਕੋਲ ਰੋਟੀ ਕਿਹੜਾ ਕਿਹਦਾ ਖਾਣਾ ਨਾ ਹੋਵੇ? ਹੈਗੇ ਆ ਜੀ ਪਰਿਵਾਰ ਸਾਡੇ ਕੋਲ। ਕੌਣ ਆਈ ਆ ਸਭ ਦੱਸ ਸਕਦੇ? ਹਾਂ ਜੀ, ਇੱਕ ਦਾਦਾ ਰਮੇਸ਼ ਸਿੰਘ ਰਮੇਸ਼ ਲਾਲ ਆ ਨਾਂ ਦਾ ਮੁੰਡੇ ਦਾ। ਹਾਂਜੀ। ਅਤੇ 1-2 ਘਰ ਹੋਰ ਆ ਜਾਣਗੇ ਜ ਬਾਲੇ ਦਾ, ਹੁਣ ਸਾਰਿਆਂ ਦਾ ਖਾਲੀ ਹੋਏ ਪਏ ਆ ਭਾਂਡੇ, ਵੀ ਕਿਸੇ ਆਟਾ ਨਹੀਂ ਹੈ, ਕਿਸੇ ਦੇ ਕੋਈ ਦਾਲਾਂ ਨਹੀਂ ਹੈਗੀਆਂ, ਕੁਛ ਨਹੀਂ ਹੈਗਾ। ਬਹੁਤ ਔਖਾ ਜੀ ਸਾਡੇ ਪਿੰਡ ਦਾ। ਅਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਮੰਗ ਕਰਦੇ ਵੀ ਸਾਡੇ ਪਿੰਡ ਨੂੰ ਰਾਸ਼ਨ ਮਿਲਣਾ ਚਾਹੀਦਾ, ਜਿਹਨਾਂ ਨੂੰ ਮਿਲਣ ਯੋਗ ਆ ਵੀ ਚਾਹੀਦਾ, ਜਿਹਨਾਂ ਨੂੰ ਉਹਨਾਂ ਨੂੰ ਲੋੜਵੰਦ ਦੇਣਾ ਚਾਹੀਦਾ ਵਾ। ਕੋਈ ਤੁਹਾਡੇ ਪਿੰਡ 'ਚ ਕੋਈ ਸੰਸਥਾ ਵੱਲ ਲੰਗਰ ਲੈ ਕੇ ਆ ਰਹੀ ਹੋਵੇ? ਨਹੀਂ ਜੀ, ਕੋਈ ਸੰਸਥਾ ਨਹੀਂ ਆਈ ਸਾਡੇ ਜੀ। ਕੀ ਨਾਮ ਤੁਹਾਡਾ ਜੀ? ਨਸੀਬ ਕੌਰ ਆ ਜੀ। ਹਾਂਜੀ, ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ? ਸਾਨੂੰ ਜੀ, ਅਸੀਂ ਰੋਜ਼ ਇਹੀ ਕੰਮ ਕਰਦੇ, ਕੰਮ ਕਰਕੇ ਰੋਟੀ ਖਾਂਦੇ ਹਾਂ। ਸਾਨੂੰ ਕਹਿ ਦਿਨ ਹੋ ਗਏ, 15 ਦਿਨ ਹੋ ਚੱਲੇ ਵਿਹਲੇ ਬੈਠੇ ਹਾਂ। ਤੁਸੀਂ ਸਰਪੰਚ ਸਾਹਿਬ ਕੋਲ ਗਏ ਸੀਗੇ? ਹਾਂ ਜੀ। ਕੀ ਕਹਿ ਰਹੇ ਹੋ? ਬਸ ਕਰਦੇ, ਬਸ ਕਰਦੇ ਹਾਂ। ਕੀਤਾ ਕੁਛ ਨਹੀਂ ਉਹਨਾਂ ਨੇ? ਕੀਤਾ ਕੁਛ ਨਹੀਂ। ਤੁਹਾਨੂੰ ਕੋਈ ਪਿੰਡ 'ਚ ਕੋਈ ਲੰਗਰ ਵਗੈਰਾ ਆਉਂਦਾ ਹੋਵੇ, ਕੋਈ ਸੰਸਥਾ ਲੈ? ਨਹੀਂ ਜੀ, ਕੁਛ ਨਹੀਂ ਆਉਂਦਾ ਹੈਗਾ। ਠੀਕ, ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਵੀ ਬੱਚਿਆਂ ਨੂੰ ਰੋਟੀ ਮਿਲਣੀ ਚਾਹੀਦੀ ਆ, ਸਾਡੀ ਮੰਗ ਇਹੀ ਆ ਬਸ। ਤੁਹਾਡੇ ਕੋਲ ਇਸ ਟਾਈਮ ਰਾਸ਼ਨ ਕਿੰਨੇ ਦਿਨ ਦਾ ਪਿਆ ਜੀ? ਕੋਈ ਰਾਸ਼ਨ ਰੁਸ਼ਨ ਨਹੀਂ ਹੈਗੇ, ਆਟੇ ਉੱਟੇ ਪਿਆ ਹੈ ਬਸ ਜਿਹੜੇ ਸੀਗੇ। ਜਿਹੜਾ ਦਿਹਾੜੀ ਦੱਪਾ ਕਰਦੇ ਹਾਂ ਉਹੀ ਅਸੀਂ ਖਾਂਦੇ ਸੀਗੇ। ਉਦਣ ਜਿੱਦਣ ਦਾ ਇਹ ਕੰਮ ਹੋਇਆ ਅਸੀਂ ਦਵਾਈ ਬੂਟੀ ਤੋਂ ਵੀ ਬੈਠੇ ਹਾਂ, ਕੁਛ ਨਹੀਂ ਸਾਨੂੰ ਮਿਲ ਰਿਹਾ, ਨਾ ਸਾਡੇ ਪਿੰਡ 'ਚ ਕੋਈ ਪੁੱਛਦਾ ਆ ਅਤੇ ਨਾ ਅਸੀਂ ਆਰਾਮ ਨਾਲ ਬੈਠੇ ਹਾਂ ਅੰਦਰ, ਭਲਾ ਮਰੇ ਜਾਈਏ ਅਸੀਂ? ਇੱਕ ਨੂੰ ਤਾਂ ਬਿਮਾਰੀ ਹੋਈ ਆ ਉਹ ਮਰ ਸਕਦਾ, ਅਤੇ ਦੂਏ ਉੱਦਾਂ ਹੀ ਮਰ ਜਾਣੇ ਆ, ਦੂਏ ਉੱਦਾਂ ਹੀ ਮਰ ਜਾਣੇ ਆ, ਭੁੱਖੇ ਹੀ ਮਰ ਜਾਣੇ ਆ। ਕਹੀ ਜਾਂਦੇ ਆ ਟੀਵੀ ਵਿੱਚ ਵੀ, ਕਹੀ ਜਾਂਦੇ ਸਾਰੇ ਬਾਹਰ ਵੀ, ਕਹੀ ਜਾਂਦੇ ਅੰਦਰ ਬਹਿ ਜਾਓ, ਅੰਦਰ ਬੜ ਜਾਓ, ਇੱਟਾਂ ਤੋੜੀ ਕੇ ਤੋੜ ਤੋੜ ਖਾਈਏ, ਕੀ ਖਾਈਏ? ਕੋਈ ਪੈਸਾ ਨਹੀਂ ਹੈਗਾ, ਕੋਈ ਕੁਛ ਨਹੀਂ, ਦਵਾਈ ਬੂਟੀ ਨੂੰ ਮੱਝ ਮੇਰੀ ਉੱਦਾਂ ਹੀ ਬਿਮਾਰ ਖੜੀ ਆ, ਕੋਈ ਪੈਸਾ ਨਹੀਂ ਹੈਗਾ, ਕਿੱਥੇ ਜਾਈਏ ਅਸੀਂ? ਸਰਪੰਚ ਸਾਹਿਬ ਕਹਿੰਦਾ ਜਿਹੜੀ ਦਿਹਾੜੀ ਵੀ ਕਰਦੇ ਆ ਉਹ ਵੀ ਬਹਿ ਜਾਓ, ਉਹ ਵੀ ਬਹਿ ਜਾਓ, ਕਹਿੰਦਾ ਗਏ ਆ ਸਵੇਰੇ, ਕਹਿੰਦਾ ਉਹ ਵੀ ਬਹਿ ਜਾਓ, ਕੋਈ ਸੁਣਵਾਈ ਨਹੀਂ ਹੁੰਦੀ, ਕੋਈ ਨਹੀਂ ਪੁੱਛਦਾ, ਕੋਈ ਨਹੀਂ ਆਉਂਦਾ, ਅਗਲਾ ਜਾਂਦਾ ਆਰਾਮ ਨਾਲ ਆਪਣੇ ਕੰਮ ਕਰਦੇ ਫਿਰਦੇ ਆ, ਅਸੀਂ ਜਿਹਨਾਂ ਬਿਨ ਪੈਸੇ ਵਾਲੇ ਇੱਥੇ ਬੈਠੇ ਹਾਂ। ਹਾਂ, ਮੱਝ ਪਰਸੋਂ ਦੀ ਸੂਈ ਉਹ ਬਿਮਾਰ ਮੱਝ ਵਾ, ਕੁਛ ਨਹੀਂ, ਕੋਈ ਪੈਸਾ ਨਹੀਂ, ਕੋਈ ਆਪ ਨਹੀਂ ਦਵਾਈ ਆ, ਤਾਂ ਹੀ ਛਾਲ ਲਏ ਆ, ਤਾਂ ਹੀ ਬੁਖਾਰ ਚੜਿਆ, ਕਿਆ ਕਰੀਏ? ਸਾਡਾ ਚੈਨਲ ਪਹੁੰਚਿਆ ਅੰਬੇਦਕਰ ਮਿਸ਼ਨ ਨੀਲ ਚੰਦਰ ਹਿੰਮਤ ਸੱਚ ਦਾ ਹਾਲ ਦੀ, ਇਸ ਚੈਨਲ ਦੁਆਰਾ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਸਰਕਾਰ ਨੂੰ?
ਅਸੀਂ ਇਹੀ ਕਹਿੰਦੇ ਆ ਵੀ ਮਾੜਾ ਮੋਟਾ ਸਾਨੂੰ ਕੋਈ ਖਰਚ ਪਾਣੀ, ਕੋਈ ਪੈਸਾ ਤੇ ਲਾ, ਕੋਈ ਆਹ ਕੁਛ ਨਾ ਕੁਛ ਰਾਸ਼ਨ ਪਾਣੀ ਦੋ ਲੈਣਾ, ਕੁਛ ਤਾਂ ਦੇਣ ਸਾਨੂੰ। ਹਾਂਜੀ ਇਹੀ ਆ ਬਈ ਰਾਸ਼ਨ ਮਿਲਣਾ ਚਾਹੀਦਾ ਬੱਚੇ, ਨਹੀਂ ਨਿੱਕੇ ਨਿੱਕੇ ਬੱਚੇ ਆ, ਕਮਾਈ ਕਰਨ ਵਾਲੇ ਅੰਦਰ ਬੈਠੇ ਆ, ਵੀ ਕੀ ਬੱਚੇ ਖਾਣ ਨੂੰ ਦੇਣ, ਉਹਨਾਂ ਨੂੰ ਬਹੁਤ ਦੁਖੀ ਹੋਏ ਹੋ, ਬਹੁਤ ਦੁਖੀ ਹੋਏ ਹੋ, ਮਿਹਨਤ ਵੀ ਹੈ ਨਹੀਂ, ਮਿਹਨਤ ਕਿੱਥੇ ਕਰਨ ਜਾਈਏ। ਕੁਛ ਨਹੀਂ ਪਹੁੰਚਿਆ ਜੀ ਸਾਡੇ ਤਾਂ ਜੀਨਪੁਰ ਚ, ਕੁਛ ਵੀ ਨਹੀਂ ਪਹੁੰਚਿਆ ਜੀ। ਆਪਾਂ ਦੇਖ ਰਹੇ ਮਾਤਾ ਜੀ ਹਰ ਪਿੰਡ ਦੇ ਵਿੱਚ ਲੰਗਰ ਸੰਸਥਾ ਵਗੈਰਾ, ਕੋਈ ਗੁਰਦੁਆਰੇ ਵਗੈਰਾ, ਹਰ ਪਿੰਡ 'ਚ ਲੰਗਰ ਵਿਚਾਰ ਰਿਹਾ, ਤੁਹਾਡੇ ਪਿੰਡ 'ਚ ਕੋਈ ਇੱਦਾਂ ਦੀ ਸੰਸਥਾ ਨਹੀਂ ਆਈ ਕੋਈ ਵੀ? ਨਹੀਂ ਆ ਮਿਲੀਆਂ ਜੀ, ਨਹੀਂ ਮਿਲੀਆਂ। ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਜੀਵਨਪੁਰ ਵਿੱਚ ਅਸੀਂ ਇਸ ਮਕਸਦ ਨਾਲ ਆਏ ਹਾਂ ਕਿ ਸਾਡੇ ਪਿੰਡ ਵਿੱਚ ਕਾਫੀ ਘਰ ਜੋ ਗਰੀਬ ਹਨ ਉਹਨਾਂ ਨੂੰ ਰਾਸ਼ਨ ਦੀ ਲੋੜ ਹੈ, ਸੋ ਸਾਡੀ ਪ੍ਰਸ਼ਾਸਨ ਪ੍ਰਤੀ ਬੇਨਤੀ ਹੈ ਕਿ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਜਾਵੇ ਤਾਂ ਜੋ ਆਪਣਾ ਰਹਿਣ ਬਸਰ ਚੰਗੀ ਤਰ੍ਹਾਂ ਕਰ ਸਕਣ। ਹੋਰ ਸਾਡੀਆਂ ਜੋ ਦਿੱਕਤਾਂ ਨੇ, ਪਾਣੀ ਦੀ ਦਿੱਕਤ ਹੈ ਉਹ ਵੀ ਦੂਰ ਕੀਤੀ ਜਾਵੇ। ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਕਿ ਕਰੋਨਾ ਵਾਇਰਸ ਦਾ ਬਹੁਤ ਪ੍ਰਕੋਪ ਚੱਲ ਰਿਹਾ ਹੈ, ਉਸਨੂੰ ਦੇਖਦੇ ਹੋਏ ਜੋ ਵੀ ਗਰੀਬ ਤਬਕਾ ਹੈ ਉਸਨੂੰ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।